ਪਹਿਲਾਂ ਤਾਂ ਤੁਹਾਡਾ ਬਹੁਤ ਬਹੁਤ ਧੰਨਵਾਦ ਸਾਰਿਆਂ ਦਾ, ਇੰਨਾ ਪਿਆਰ ਦੇਣ ਲਈ, ਮੈਨੂੰ ਅਮਨ ਰੋਜ਼ੀ ਬਣਾਉਣ ਦੇ ਲਈ ਤੁਸੀਂ ਬਹੁਤ ਪਿਆਰ ਦਿੱਤਾ। ਮੈਂ ਅੱਜ ਜੋ ਕੁਛ ਵੀ ਹਾਂ ਤੁਹਾਡੀ ਬਦੌਲਤ ਹਾਂ। ਲੇਕਿਨ ਜ਼ਰੂਰੀ ਅਨਾਊਂਸਮੈਂਟ ਮੈਂ ਤਾਂ ਕਰ ਰਹੀ ਹਾਂ ਅੱਜ, ਮੈਨੂੰ ਤਾਂ ਲਾਈਵ ਹੋਣਾ ਪਿਆ ਕਿ ਮੈਂ ਇਹ ਕਹਿਣਾ ਚਾਹੁੰਦੀ ਹਾਂ ਕਿ ਮੈਂ ਔਰ ਆਤਮਾ ਸਿੰਘ ਜੀ ਹੁਣ ਅਸੀਂ ਇਕੱਠੇ ਕੰਮ ਨਹੀਂ ਕਰਦੇ। ਜਿੰਨਾ ਵੀ ਅਸੀਂ ਟਾਈਮ, 18 ਸਾਲ ਜੋ ਵੀ ਸੀ ਸਾਡਾ ਟਾਈਮ, ਬਹੁਤ ਵਧੀਆ ਨਿਕਲਿਆ। ਸੋ ਅਸੀਂ ਅਲੱਗ ਹੋ ਚੁੱਕੇ ਹਾਂ। ਦੈਨ ਮੇਰਾ ਲਾਈਵ ਹੋਣ ਦਾ ਸਿਰਫ ਮੁੱਦਾ ਅਜਿਹੀ ਸੀ ਕਿ ਮੈਨੂੰ ਕਾਫੀ ਕਾਲਸ ਆ ਰਹੀਆਂ ਕਿ ਮੈਮ ਤੁਹਾਨੂੰ ਕੀ ਹੋ ਗਿਆ, ਤੁਹਾਨੂੰ ਕੀ ਹੋ ਗਿਆ, ਤੁਸੀਂ ਬਿਮਾਰ ਹੋ, ਕੀ ਗੱਲ ਹੋ ਗਈ, ਕੀ ਗੱਲ ਹੋ ਗਈ। ਸਿਰਫ ਮੈਂ ਇਹੀ ਕਹਿਣਾ ਚਾਹੁੰਦੀ ਹਾਂ ਕਿ ਮੈਂ ਬਿਲਕੁਲ ਤੰਦਰੁਸਤ ਹਾਂ, ਕਿਉਂਕਿ ਇੱਕੋ ਪਰਮਾਤਮਾ, ਫਿਰ ਮੇਰੇ ਮਾਤਾ ਪਿਤਾ, ਇੱਕ ਤੁਸੀਂ ਜਿਨ੍ਹਾਂ ਨੇ ਮੈਨੂੰ ਇੱਥੋਂ ਤੱਕ ਪਹੁੰਚਾਇਆ। ਮੈਂ ਕਿਸੇ ਨੂੰ ਉਹਦੇ ਵਿੱਚ ਨਹੀਂ ਰੱਖਣਾ ਚਾਹੁੰਦੀ, ਅਤੇ ਮੈਨੂੰ ਲੱਗਿਆ ਕਿ ਸ਼ਾਇਦ ਮੈਨੂੰ ਇਹ ਕਲੀਅਰ ਕਰ ਦੇਣਾ ਚਾਹੀਦਾ, ਕਿਉਂਕਿ ਜੋ ਵੀ ਸਾਨੂੰ ਬੁੱਕ ਕਰਦੇ ਆ, ਜੋ ਵੀ ਪਾਰਟੀਆਂ ਸਾਨੂੰ ਬੁੱਕ ਕਰਦੀਆਂ ਨੇ, ਤਾਂ ਮੈਂ ਤਾਂ ਅੱਜ ਲਾਈਵ ਹੋਈ ਹਾਂ ਕਿ ਮੈਂ ਬਿਲਕੁਲ ਤੰਦਰੁਸਤ ਹਾਂ। ਕਿ ਮੈਨੂੰ ਅਕਸਰ ਕਹਿ ਦਿੱਤਾ ਜਾਂਦਾ ਕਿ ਮੈਮ ਕਹਿ ਰਹੇ ਨੇ ਕਿ ਤੁਹਾਡੇ ਬ੍ਰੇਨ 'ਚ ਪ੍ਰੋਬਲਮ ਆ ਗਈ ਜਾਂ ਕੁਛ ਐਦਾਂ, ਮੈਨੂੰ ਐਦਾਂ ਕੁਛ ਨਹੀਂ ਹੈ, ਮੈਂ ਬਿਲਕੁਲ ਤੰਦਰੁਸਤ ਹਾਂ। ਅਤੇ ਮੈਂ ਕਿਸੇ ਵੀ ਪਾਰਟੀ ਨੂੰ ਗੁੰਮਰਾਹ ਨਹੀਂ ਕਰਨਾ ਚਾਹੁੰਦੀ, ਮੈਂ ਸਿਰਫ ਇਹੀ ਕਰਨਾ ਕਹਿਣਾ ਚਾਹੁੰਦੀ ਸੀ ਕਿ ਅਗਰ ਮੈਂ ਕਿਸੇ ਸ਼ੋਅ 'ਤੇ ਨਹੀਂ ਪਹੁੰਚ ਰਹੀ ਤਾਂ ਉਹਦੀ ਰਿਸਪੋਂਸੀਬਿਲਿਟੀ ਮੇਰੀ ਨਹੀਂ ਆ, ਜਾਂ ਮੇਰੇ ਨਾਮ 'ਤੇ ਸ਼ੋਅ ਬੁੱਕ ਨਾ ਕੀਤੇ ਜਾਣ। ਸੋ ਮੇਰਾ ਸਿਰਫ ਲਾਈਵ ਹੋਣ ਦਾ ਮਕਸਦ ਇਹੀ ਸੀ ਕਿ ਜਦੋਂ ਮੈਨੂੰ ਕਾਲਸ ਆਉਂਦੀਆਂ ਕਾਫੀ ਕਿ ਮੈਮ ਤੁਸੀਂ ਸ਼ੋਅ 'ਤੇ ਨਹੀਂ ਪਹੁੰਚੇ, ਕੀ ਗੱਲ ਹੋ ਗਈ। ਸੋ ਉੱਥੇ ਮੈਨੂੰ ਲੱਗਦਾ ਸੀ ਕਿ ਸ਼ਾਇਦ ਮੈਂ ਗਲਤ ਕਰ ਰਹੀ ਹਾਂ, ਮੈਨੂੰ ਕਲੀਅਰ ਕਰ ਦੇਣਾ ਚਾਹੀਦਾ। ਇਸ ਲਈ ਅੱਜ ਮੈਂ ਤੁਹਾਨੂੰ ਸਾਰਿਆਂ ਨੂੰ ਕਲੀਅਰ ਕਰਨ ਲੱਗੀ ਹਾਂ ਕਿ ਅਸੀਂ ਹੁਣ ਇਕੱਠੇ ਕੰਮ ਨਹੀਂ ਕਰਦੇ, ਜਾਂ ਅਗਰ ਮੈਂ ਕਿਸੇ ਸ਼ੋਅ 'ਤੇ ਨਹੀਂ ਪਹੁੰਚ ਰਹੀ ਉਹਦੀ ਰਿਸਪੋਂਸੀਬਿਲਿਟੀ ਮੇਰੀ ਨਹੀਂ ਆ, ਜਾਂ ਜੋ ਕੋਈ ਅਮਨ ਰੋਜ਼ੀ ਜਾਂ ਆਤਮਾ ਸਿੰਘ ਅਮਨ ਰੋਜ਼ੀ ਦੇ ਨਾਂ 'ਤੇ ਸ਼ੋਅ ਬੁੱਕ ਕਰਦਾ, ਤਾਂ ਪਲੀਜ਼ ਉਹਦੀ ਜ਼ਿੰਮੇਵਾਰੀ ਮੇਰੀ ਨਹੀਂ ਆ। ਮੈਂ ਬਸ ਇਹੀ ਕਹਿਣਾ ਚਾਹੁੰਦੀ ਸੀ, ਤੁਸੀਂ ਬਹੁਤ ਪਿਆਰ ਦਿੱਤਾ। ਬਾਕੀ ਮੇਰੀ ਫਿਊਚਰ ਦੀ ਜੋ ਵੀ ਪਲੈਨਿੰਗ ਹੋਊਗੀ ਮੈਂ ਤੁਹਾਨੂੰ ਇੱਕ ਦੋ ਦੋ ਤਿੰਨ ਦਿਨਾਂ ਤੱਕ ਅਪਡੇਟ ਕਰ ਦੂੰਗੀ। ਸੋ ਥੈਂਕ ਯੂ ਸੋ ਮੱਚ, ਮੈਨੂੰ ਮੇਰੇ ਕੋਲ ਹੋਰ ਤਾਂ ਕੁਛ ਵਰਡ ਹੈ ਨਹੀਂ ਬੋਲਣ ਨੂੰ। ਮੈਂ ਇਹੀ ਕਹੂੰਗੀ ਧੰਨਵਾਦ, ਤੁਸੀਂ ਸਾਨੂੰ ਬਹੁਤ ਪਿਆਰ ਦਿੱਤਾ, ਇੱਥੋਂ ਤੱਕ ਪਹੁੰਚਾਇਆ। ਜਿੰਨਾ ਵੀ ਟਾਈਮ ਨਿਕਲਿਆ ਸਾਡਾ ਬਹੁਤ ਵਧੀਆ ਸੀ, ਹੱਸ ਖੇਡ ਕੇ ਬਹੁਤ ਵਧੀਆ ਨਿਕਲ ਗਿਆ, ਕਿਉਂਕਿ ਮੈਂ ਬਹੁਤ ਇੱਕਦਮ ਹੀ ਲਾਈਵ ਹੋ ਗਈ। ਮੈਂ ਕੁਛ ਅੱਧਾ ਘੰਟਾ ਪਹਿਲਾਂ ਹੀ ਅਨਾਊਂਸ ਕੀਤਾ ਸੀ ਕਿ ਮੈਨੂੰ ਲਾਈਵ, ਮੇਰੇ ਦਿਲ ਨੇ ਕਿਹਾ ਕਿ ਤੈਨੂੰ ਲਾਈਵ ਹੋਣਾ ਚਾਹੀਦਾ, ਕਿਉਂਕਿ ਜਦੋਂ ਮੈਨੂੰ ਕਾਲਸ ਆਉਂਦੇ ਤੈਨੂੰ ਕੀ ਹੋ ਗਿਆ, ਕੀ ਹੋ ਗਿਆ ਤੈਨੂੰ, ਤਾਂ ਮੈਨੂੰ ਕੁਛ ਨਹੀਂ ਹੋਇਆ, ਮੈਂ ਬਿਲਕੁਲ ਸਹੀ ਹਾਂ, ਤੰਦਰੁਸਤ ਹਾਂ, ਮੈਂ ਤੁਹਾਡੇ ਸਾਹਮਣੇ ਬੈਠੀ ਹਾਂ। ਅਤੇ ਮੈਨੂੰ ਮੈਂ ਜ਼ਰੂਰੀ ਸਮਝਿਆ, ਸੋ ਮੈਂ ਇਹੀ ਗੱਲਾਂ ਕਰਨਾ ਚਾਹੁੰਦੀ ਸੀ ਤੁਹਾਡੇ ਨਾਲ। ਅਗਰ ਮੇਰੇ ਨਾਲ ਕੋਈ ਗੱਲਬਾਤ ਕਰਨਾ ਚਾਹੁੰਦਾ ਜਾਂ ਮੇਰੇ ਨਾਲ ਲਾਈਵ ਸ਼ੋਅ ਲਈ ਕੰਟੈਕਟ ਕਰਨਾ ਚਾਹੁੰਦਾ, 9 8 1 5 9 5 7 7 6 1 'ਤੇ ਤੁਸੀਂ ਮੈਨੂੰ ਕਾਲ ਕਰ ਸਕਦੇ ਹੋ, ਗੱਲ ਕਰ ਸਕਦੇ ਹੋ। ਪੰਜਾਬੀ 'ਚ ਵੀ ਬੋਲ ਦਿੰਦੀ ਹਾਂ, 9 169 57 761 'ਤੇ ਤੁਸੀਂ ਮੈਨੂੰ ਕਾਲ ਕਰ ਸਕਦੇ ਹੋ ਅਗਰ ਕੋਈ ਗੱਲ ਕਰਨਾ ਚਾਹੁੰਦਾ। ਦੈਨ ਲਾਈਵ ਸ਼ੋਅ ਲਈ ਜਾਂ ਸ਼ੋਅ ਬੁਕਿੰਗ ਲਈ ਜੋ ਵੀ ਗੱਲ ਕਰਨਾ ਚਾਹੁੰਦਾ ਤੁਸੀਂ ਮੇਰੇ ਇਸ ਨੰਬਰ 'ਤੇ ਮੇਰੇ ਨਾਲ ਕੰਟੈਕਟ ਕਰ ਸਕਦੇ ਹੋ। ਮੈਂ ਕੁਛ ਨਹੀਂ ਕੀਤਾ, ਸਾਡਾ ਕੰਟਰੈਕਟ ਸੀ ਉਹ ਕੰਪਲੀਟ ਹੋ ਚੁੱਕਿਆ। ਦੈਨ ਬਟ ਮੇਰਾ ਮੈਂ ਉਹਨਾਂ ਪਾਰਟੀਆਂ ਨੂੰ ਪਿਆਰ ਕਰਦੀ ਹਾਂ ਜਿਨ੍ਹਾਂ ਨੇ ਸਾਨੂੰ ਰਿਜ਼ਕ ਦਿੱਤਾ, ਹੈ ਨਾ। ਸੋ ਮੈਂ ਇਹੀ ਸੀ ਕਿ ਮੈਂ ਗੁੰਮਰਾਹ ਨਹੀਂ ਕਰਨਾ ਚਾਹੁੰਦੀ ਕਿਸੇ ਨੂੰ, ਮੈਂ ਤੰਦਰੁਸਤ ਹਾਂ, ਮੈਨੂੰ ਕੁਛ ਨਹੀਂ ਹੋਇਆ। ਅਤੇ ਬਸ ਅਸੀਂ ਹੁਣ ਇਕੱਠੇ ਕੰਮ ਨਹੀਂ ਕਰ ਰਹੇ, ਜਿੰਨਾ ਵੀ ਟਾਈਮ ਸਾਡਾ ਨਿਕਲਿਆ ਬਹੁਤ ਵਧੀਆ ਨਿਕਲਿਆ, ਤੁਸੀਂ ਸਾਰਿਆਂ ਨੇ ਬਹੁਤ ਪਿਆਰ ਦਿੱਤਾ, ਥੈਂਕ ਯੂ ਸੋ ਮੱਚ। ਮੈਂ ਸਿਰਫ ਇਹੀ ਕਲੀਅਰ ਕਰਨਾ ਸੀ ਅੱਜ ਕਿ ਮੈਂ ਔਰ ਆਤਮਾ ਸਿੰਘ ਜੀ ਹੁਣ ਅਸੀਂ ਕੰਮ ਇਕੱਠੇ ਨਹੀਂ ਕਰਦੇ, ਅਤੇ ਜੋ ਵੀ ਪਾਰਟੀਆਂ ਆ ਪਲੀਜ਼ ਮੇਰੇ ਨਾਮ 'ਤੇ, ਮੈਂ ਨਹੀਂ ਕੰਮ ਕਰ ਰਹੀ, ਜਿਸ ਸ਼ੋਅ 'ਤੇ ਮੈਂ ਨਹੀਂ ਪਹੁੰਚ ਰਹੀ ਉਹਦੀ ਰਿਸਪੋਂਸੀਬਿਲਿਟੀ ਮੇਰੀ ਨਹੀਂ ਹੈ। ਕਿ ਜੇ ਮੇਰੇ ਨਾਮ 'ਤੇ ਸ਼ੋਅ ਬੁੱਕ ਹੋ ਰਿਹਾ ਤਾਂ ਮੈਂ ਇਹ ਕਲੀਅਰ ਕਰ ਦੇਣਾ ਚਾਹੁੰਦੀ ਹਾਂ ਕਿ ਮੈਂ ਨਹੀਂ ਆ ਰਹੀ, ਮੈਂ ਤੰਦਰੁਸਤ ਹਾਂ, ਮੈਨੂੰ ਕੁਛ ਨਹੀਂ ਹੋਇਆ। ਪਲੀਜ਼ ਮੈਨੂੰ ਕੋਈ ਵੀ, ਮੈਂ ਵੀ ਕਲੀਅਰ ਕਰਨਾ ਚਾਹੁੰਦੀ, ਕੋਈ ਵੀ ਮੇਰੀ ਬਿਮਾਰੀ ਦਾ ਬਹਾਨਾ ਨਾ ਲਾਇਆ ਜਾਵੇ ਕਿ ਉਹ ਬਿਮਾਰ ਆ। ਆਈ ਡੋਂਟ ਨੋ ਵੀ ਕਿਉਂ, ਕਿੱਥੋਂ ਕਿੱਥੋਂ ਇਹ ਗੱਲਾਂ ਆ ਰਹੀਆਂ ਮੈਨੂੰ, ਜਦੋਂ ਫੋਨ ਕਾਲਸ ਆਉਂਦੇ ਕਾਲਸ ਆਉਂਦੀਆਂ ਤਾਂ ਮੈਨੂੰ ਦੁੱਖ ਲੱਗਦਾ ਆ ਕਿ ਮੈਂ ਤਾਂ ਬਿਲਕੁਲ ਠੀਕ ਹਾਂ। ਸੋ ਇਹ ਕਹਿ ਕੇ ਮੈਂ ਤੁਹਾਡੇ ਸਾਰਿਆਂ ਤੋਂ ਇਜਾਜ਼ਤ ਲੈਣਾ ਚਾਹੁੰਦੀ ਹਾਂ। ਸਤਿ ਸ਼੍ਰੀ ਅਕਾਲ ਜੀ।
सबसक्राइब करो MS Live TV चैनल नूं ते नवीं नवीं वीडियोज़ देखने लई बैल दे आइकन ते क्लिक करो।